ਗੁਰਮੁਖ ਪਿਆਰਿਓ, ਮੈਂ ਹੋਰ ਖੁਸ਼ੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਗੁਰਦੁਆਰਾ ਨਾਢਾ ਸਾਹਿਬ ਵਿਖੇ ਜਿੱਥੇ ਸਾਡੀ ਨਾਢੂ ਸਾਹਿਬ ਡਿਸਪੈਂਸਰੀ ਚੱਲ ਰਹੀ ਹੈ, ਉੱਥੇ ਗੁਰਮੁਖ ਪਿਆਰਿਓ ਇੱਕ ਲੈਬੋਰਟਰੀ ਜਿਹੜੀ ਹੈ ਹੁਣ ਖੋਲ੍ਹੀ ਜਾ ਰਹੀ ਹੈ, ਔਰ ਨਾਲ ਹੀ ਇੱਕ ਵੱਡੀ ਐਂਬੂਲੈਂਸ ਸੰਗਤਾਂ ਦੀ ਸਹੂਲਤ ਵਾਸਤੇ। ਰੱਬ ਨਾ ਕਰੇ ਕਿਸੇ ਨੂੰ ਕੋਈ ਚੋਟ ਆਵੇ, ਪਰ ਕਿਸੇ ਨੂੰ ਗੁਰਮੁਖ ਪਿਆਰਿਓ ਕੋਈ ਸੜਕ ਦੁਰਘਟਨਾ ਤਕਲੀਫ ਆਉਂਦੀ ਹੈ, 24 ਆਵਰ 24 ਘੰਟੇ ਇੱਥੇ ਇੱਕ ਵੱਡੀ ਐਂਬੂਲੈਂਸ ਖੜ੍ਹੀ ਰਹੇਗੀ ਜਿਹੜੀ ਸੰਗਤਾਂ ਦੀ ਸਹੂਲਤ ਵਾਸਤੇ। ਔਰ ਇਹ ਦੋਨੇ ਸੇਵਾ ਜਿਹੜੀਆਂ ਨੇ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸਰਦਾਰ SP ਸਿੰਘ ਬਰਾਏ ਦੁਬਈ ਵਾਲੇ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਇਹ ਖੁਸ਼ੀ ਦਾ ਜੈਕਾਰਾ ਵੀ ਮੈਂ ਕਲਾਉਣਾ ਚਾਹੁੰਦਾ ਕਿ ਸੰਗਤਾਂ ਦੀ ਸਹੂਲਤ ਵਾਸਤੇ ਸਰਦਾਰ ਬਰਾਏ ਸਾਹਿਬ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ। ਸਾਰੀਆਂ ਸੰਗਤਾਂ ਨੇ ਚੜ੍ਹਦੀ ਕਲਾ ਦੇ ਨਾਲ ਜੈਕਾਰੇ 'ਚ ਸ਼ਾਮਿਲ ਹੋਣਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।